ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਦੀਪ, ਤੁਹਾਡਾ ਸਵਾਗਤ ਕਰਦਾ ਕਬੱਡੀ 365.com 'ਤੇ। ਜਿਹੜੇ ਜਿਹੜੇ ਮੇਰੇ ਵੀਰਾਂ ਨੇ ਅਜੇ ਤੱਕ ਸਾਡੇ ਇਸ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਜ਼ਰੂਰ ਕਰ ਲਓ। ਨਾਲ ਹੀ ਨਾਲ ਵਾਲੇ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਨੋਟੀਫਿਕੇਸ਼ਨ ਵੀ ਮਿਲਦੇ ਰਹਿਣ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਮੈਚ। ਕੱਲ੍ਹ ਮੈਂ ਬੜਾ ਭਲਵਾਨ ਵੀ ਪੁੱਜਿਆ ਹੋਇਆ ਹੈ। ਇੱਕ ਪਾਸੇ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਖੇਡੇਗੀ ਹਰਖੋ ਵਾਲੀ ਸੱਭੇ ਥਿਆੜੇ ਦੀ ਜੂਨੀਅਰ ਥਿਆੜੇ, ਉਹਨਾਂ ਦੀ ਸਪੋਂਸਰ ਕੀਤੀ ਹੋਈ ਟੀਮ ਰਾਇਲ ਕਿੰਗ ਕਬੱਡੀ ਕਲੱਬ USA ਉਹ ਪੁੱਜ ਚੁੱਕੀ ਹੈ ਸਟੇਜ ਦੇ ਸੱਜੇ ਹੱਥ। ਔਰ ਦੂਸਰੇ ਪਾਸੇ ਗੁਰਦੁਆਰਾ ਸੁਖਚੈਨ ਵਾਲਾ ਸਾਹਿਬ ਕਬੱਡੀ ਕਲੱਬ ਫਗਵਾੜੇ ਦੀ ਟੀਮ ਸੁਰਖਪੁਰੀਆ ਗੁਰਵਿੰਦਰ ਭਲਵਾਨ ਕਾਲਮਾਂ ਵਾਲਾ ਲੈ ਕੇ ਪੁੱਜੇ ਹੋਏ ਹੈ। ਲਓ ਦੋਨੋਂ ਟੀਮਾਂ ਦੇ ਦਰਮਿਆਨ ਤਕੜਾ ਮੈਚ ਜਿਹੜਾ ਖੇਡਿਆ ਜਾਵੇਗਾ। ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦਾ ਮਾਣ, ਸਿੱਖ ਪੰਥ ਦਾ ਮਾਣ ਮੋਹਰ ਢਾਡੀ ਨੇ, ਸਰਦਾਰ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਸਾਹਿਬ, ਜਿਨ੍ਹਾਂ ਦੀ ਆ ਬਾਰਾਂ ਵੱਖਰਾ ਹੀ ਜਨੂਨ ਭਰ ਦਿੰਦੀ ਹੈ, ਉਹ ਸਾਡੇ ਦਰਮਿਆਨ ਵਿਸ਼ੇਸ਼ ਤੌਰ 'ਤੇ ਪੁੱਜ ਚੁੱਕੇ ਹੈ। ਉਹਨਾਂ ਨੂੰ ਵੀ ਇੱਥੇ ਪੁੱਜਣ 'ਤੇ ਅਸੀਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਪੋਰਟਸ ਕਲੱਬ ਦੇ ਵੱਲੋਂ GI ਨੂੰ ਆਖਦੇ ਹੈ। ਪਹਿਲੀ ਰੇਡ ਪਾਉਣ ਦੇ ਲਈ ਕਹਿੰਦੇ ਇਹ ਹੈ ਨੌਜਵਾਨ ਜ਼ਿਲ੍ਹੇ ਜ਼ਿਲ੍ਹੇ ਫਿਰੋਜ਼ਪੁਰ ਦੇ ਮਾਲਵੇ ਇਲਾਕੇ ਦਾ ਖਿਡਾਰੀ ਸੁੱਖ ਅਰਦਾਸੇ ਵਾਲਾ, ਧੂੜ ਵਾਲਾ ਮਨੀ ਇਸ਼ਾਰਾ ਕਰ ਰਿਹਾ ਵੀ ਸੁੱਖ ਅਰਦਾਸੇ ਦੀ ਧਰਤੀ ਦਾ ਪਹਿਲਾ 1.5 ਪੁਆਇੰਟ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ ਲਈ ਜੋੜਦਾ ਹੋਇਆ। ਆਹ ਖਿਡਾਰੀ ਕਹਿੰਦੇ ਸਬਰਾਲੇ ਇਲਾਕੇ ਦਾ ਹੈ ਮੇਰੇ ਵੀਰੋ, ਕੋਟਲਾ ਭੜੀ ਪਿੰਡ ਹੈ ਇਸ ਨੌਜਵਾਨ ਦਾ, ਇਹ ਹੈ ਰਾਜੂ ਕੋਟਲਾ ਭੜੀ ਵਾਲਾ ਨੌਜਵਾਨ। ਇਸ ਲਈ ਤਕੜਾ ਨੰਬਰ ਆਪਣੀ ਟੀਮ ਦੇ ਲਈ ਗੁਰਦੁਆਰਾ ਸੁਖਚੈਨ ਵਾਲਾ ਸਾਹਿਬ ਕਬੱਡੀ ਕਲੱਬ ਫਗਵਾੜਾ। ਇਸ ਸਾਲ ਵੱਡੀ ਟੀਮ ਇੰਗਲੈਂਡ ਵਾਲੇ ਮਾਣਕ ਬ੍ਰਦਰ ਨੇ ਕਹਿੰਦੇ ਪੰਜਾਬ ਦੇ ਗਰਾਊਂਡਾਂ ਦੇ ਵਿੱਚ ਉਤਾਰੀ ਹੈ, ਔਰ ਇਸ ਟੀਮ ਦਾ ਵੱਡਾ ਨਾਮ ਬਣਿਆ ਖੇਡ ਕਬੱਡੀ ਦੇ ਵਿੱਚ, ਪਹਿਲੇ ਸਾਲ ਹੀ ਬੱਲੇ ਬੱਲੇ ਕਰਵਾ ਰਹੀ ਹੈ। ਆਹ ਸੁਨਹਿਰਾਂ ਦੀ ਧਰਤੀ ਦਾ ਰਾਜੂ ਇਸ ਲਈ ਕਬੱਡੀ ਭਾਰ ਹੈ। ਆਹ ਜੀਤੇ ਮੌੜ ਕਾਲੇ ਸੰਘਿਆਂ ਵਾਲੇ ਦਾ ਭਾਣਜਾ ਮੇਰੇ ਵੀਰੋ, ਮਹਾਨ ਕਬੱਡੀ ਖਿਡਾਰੀ ਦਾ ਹੈ, ਪਰ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ। ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਧਰਤੀ ਹੈ ਮੇਰੇ ਵੀਰੋ। ਲਓ ਆਹ ਮਨਜੋਤ ਹੈ ਮਾਛੀਵਾੜਾ ਸਾਹਿਬ ਦੀ ਧਰਤੀ ਦਾ, ਜਿਹੜਾ ਇਸ ਲਈ ਕਬੱਡੀ ਭਾਰ ਹੈ ਸਿੱਖੀ ਸਰੂਪ ਦੇ ਵਿੱਚ, ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ। ਜੁਗਾਂ ਜੁਗਾਂ ਤੱਕ ਚੱਲਦੀਆਂ ਰਹਿਣਗੀਆਂ ਗੱਲਾਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾਂ ਕਲਗੀ ਧਰ ਦਸ਼ਮੇਸ਼ ਦੀਆਂ। ਕੋਈ ਰੀਸ ਨਹੀਂ ਕਰ ਸਕਦਾ ਬਾਜਾਂ ਵਾਲੇ ਦੀ, ਜੇ ਕਿਸੇ ਨੇ ਕੀਤੀ ਹੈ ਤੇ ਉਹਨੂੰ ਭੁਗਤਣਾ ਪਿਆ ਹੈ ਮੇਰੇ ਵੀਰੋ। ਲਓ ਸਾਹਮਣੇ ਇਸ ਲਈ ਨੌਜਵਾਨ 68 ਝੋਟ ਹੈ, ਛਪਾਰ ਦੀ ਧਰਤੀ ਹੈ, ਜ਼ਿਲ੍ਹਾ ਲੁਧਿਆਣਾ ਹੈ, ਛਪਾਰ ਦਾ ਮੇਲਾ ਬੜਾ ਮਸ਼ਹੂਰ ਹੈ। ਲਓ 68 ਝੋਟ ਕਹਿੰਦੇ ਹੈ, ਨਾ ਜਗਦੀਪ ਸਿੰਘ ਸੇਖੋਂ ਹੈ ਇਸ ਨੌਜਵਾਨ ਦਾ, ਪਰ ਕਬੱਡੀ ਦੇ ਵਿੱਚ ਇਹਨੂੰ 68 ਝੋਟ ਦੇ ਨਾਲ ਪ੍ਰਸਿੱਧੀ ਮਿਲੀ ਹੈ। ਆਹ ਛੋਟਾ ਰਾਜਾ ਭੰਡਾਲ ਦੋਨੇ ਵਾਲਾ ਹੈ, ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇੱਕ ਕੰਨੀ ਤੇ ਖੀਰਾਂ ਵਾਲੀ ਆ ਤਾਰੀ ਲੱਗਿਆ ਹੋਇਆ ਹੈ, ਨਾਲ ਕਹਿੰਦੇ ਸਨੀ ਆਦਮ ਵਾਲੇ ਦੀ ਧਰਤੀ ਦਾ, ਨਾਲ ਲੱਲੀਆਂ ਵਾਲਾ ਬਿੱਲੀ ਹੈ, ਤੇ ਨਾਲ ਜੀਤਾ ਹੈ ਨੌਜਵਾਨ ਤਲਵੰਡੀ ਚੌਧਰੀਆਂ ਦੀ ਧਰਤੀ ਦਾ। ਚਾਰ ਜਾਫੀ ਇਸ ਲਈ ਤਿਆਰ ਨੇ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ। ਲਓ ਛੋਟਾ ਰਾਜਾ ਲੱਲੀਆਂ ਪਿੰਡ ਸੰਦੀਪ ਨੇ ਦੁਨੀਆਂ ਦੇ ਵਿੱਚ ਮਸ਼ਹੂਰ ਕੀਤਾ ਹੈ, ਪਰ ਬਿੱਲੀ ਵੀ ਬੱਲੇ ਬੱਲੇ ਕਰਵਾ ਰਿਹਾ ਹੈ। ਆਹ ਰੇਡਰ ਕਹਿੰਦੇ 3 ਟਰੈਕਟਰਾਂ ਦਾ ਜੇਤੂ ਹੈ ਮੇਰੇ ਵੀਰੋ, ਜੱਟ ਨੂੰ ਇੱਕ ਟਰੈਕਟਰ ਲੈਣਾ ਔਖਾ ਹੋ ਜਾਂਦਾ ਹੈ, ਪਰ ਕਿੰਨਾ ਭਾਗਾਂ ਵਾਲਾ ਹੈ ਸਰਦਾਰ ਫਤਿਹ ਸਿੰਘ ਪੱਡਾ, ਜਿਹਦੇ ਪੁੱਤਰ ਨੇ 3 ਟਰੈਕਟਰ ਜਿੱਤ ਕੇ ਕਹਿੰਦੇ ਆਪਣੇ ਘਰੇ ਖੜਾ ਦਿੱਤੇ ਹੈ। ਇਹ ਹੈ ਗੱਗੀ ਖੀਰਾਂ ਵਾਲ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ, ਇਸ ਲਈ ਕਬੱਡੀ ਪਾ ਰਿਹਾ ਜੱਟ ਦਾ ਗੜੀ ਤਰਖਾਣਾ ਪਿੰਡ ਹੈ ਮੇਰੇ ਵੀਰੋ। ਇਹ ਹੈ ਜੱਟ ਗੜੀ ਤਰਖਾਣਾ ਵਾਲਾ, ਮਨੀ ਧੂੜ ਵਾਲਾ ਕੀ ਇਸ਼ਾਰਾ ਕਰੇਗਾ। ਪੁਆਇੰਟ ਖੀਰਾਂ ਵਾਲ ਦੇ ਗੱਗੀ ਨੇ ਕਹਿੰਦੇ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ ਲਈ ਜੋੜ ਦਿੱਤਾ ਹੈ। ਸਰਦਾਰ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਸਾਹਿਬ ਯੂਥ ਕਬੱਡੀ ਕਲੱਬ ਦੇ ਕਹਿੰਦੇ ਹਰਵਿੰਦਰ ਲੱਡੂ ਹੋਣਾ ਦੇ ਨਾਲ, ਜਹਾਂਗੀਰ ਵਾਲਿਆਂ ਦੇ ਨਾਲ ਵੱਡਾ ਪਿਆਰ ਹੈ ਮੇਰੇ ਵੀਰੋ। ਨਿਊਯਾਰਕ ਪੇਂਟਿੰਗ ਵਾਲਿਆਂ ਦੀ ਗੱਲ ਹੁੰਦੀ, ਯੂਥ ਕਬੱਡੀ ਕਲੱਬ ਦਾ ਵੱਡਾ ਨਾਮ ਹੈ ਕੈਨੇਡਾ ਦੀ ਧਰਤੀ 'ਤੇ, ਉਹ ਵੀ ਕਬੱਡੀ ਨੂੰ ਵੱਡਾ ਪਿਆਰ ਕਰਦੇ ਹੈ।
ਲਓ ਉਹ ਵੀ ਆਨੰਦ ਮਾਰ ਰਿਹਾ ਇਸ ਮੈਚ ਦਾ। ਲਓ ਸਾਹਮਣੇ ਜੀਤਾ ਹੈ ਮੇਰੇ ਵੀਰੂ, ਇਹ ਹੈ ਜੀਤਾ ਨੌਜਨ, ਤਲਵੰਡੀ ਚੌਧਰੀਆਂ ਦੀ ਧਰਤੀ ਦਾ, ਬਿੱਕੇ ਦਾ ਨਾੜੂ ਉਹਨਾਂ ਦਾ ਪੇਂਡੂ, ਪਰ ਪ੍ਰਤਾਪ ਦਾ ਦਕੋਹਾ ਪਿੰਡ ਹੈ, ਜਿਹਨੇ ਤਕੜਾ ਨੰਬਰ ਗੁਰਦੁਆਰਾ ਸੁਖਚੈਨ ਵਾਲਾ ਸਾਹਿਬ ਕਬੱਡੀ ਕਲੱਬ ਫਗਵਾੜੇ ਦੀ ਟੀਮ ਦੇ ਲਈ ਜੋੜ ਦਿੱਤਾ ਹੈ। ਲਓ ਸੁਖ ਹਰਦਾਸੇ ਵਾਲਾ, ਚਰਚਾ ਮੁੰਡੇ ਦੀ ਚਾਰੇ ਪਾਸੇ ਸਾਧੂ ਸਿੰਘ ਦੇ ਘਰ ਜੰਮਿਆ ਵਿੱਚ ਹਰਦਾਸੇ, ਤਕੜੇ ਤਕੜੇ ਜਾਫੀਆਂ ਤੋਂ ਨਹੀਂ ਰੁਕਦਾ, ਨਾਮ ਹੈ 17 ਵਿੱਚ ਯਾਰੋ ਸੁਖ ਦਾ, 17 ਵਿੱਚ ਨਾਮ ਹੈ ਹਰਦਾਸੇ ਵਾਲੇ ਸੁਖ ਦਾ, ਤਕੜਾ ਨੰਬਰ ਜੋੜਦਾ ਹੋਇਆ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ ਲਈ, ਸਭੇ ਥਿਆੜੇ ਦੀ ਟੀਮ ਹੈ। 5 ਜਨਵਰੀ ਹੋਣੀ ਹੈ ਟਿੱਬੇ ਦੇ ਵੱਡੇ ਕੱਪ ਦੀ ਮੇਰੇ ਵੀਰੋ, ਰਾਇਲ ਕਿੰਗ ਕਬੱਡੀ ਕਲੱਬ USA ਵੱਲੋਂ ਸੱਦਾ ਹੈ, ਜਿੱਥੇ ਟਿੱਬੇ ਵਾਲੇ ਕਮਲ ਨੂੰ I-20 ਗੱਡੀ ਮਾਨ ਸਨਮਾਨ ਦੇ ਵਿੱਚ ਦਿੱਤੀ ਜਾਵੇਗੀ, ਜੋਧੇ ਨੂੰ ਬੁਲਟ ਦਿੱਤਾ ਜਾਵੇਗਾ। ਲਓ ਲੱਲੀਆਂ ਵਾਲੇ ਬਿੱਲੀ ਦਾ ਵੀ ਬੁਲਟ ਨਾਲ ਸਨਮਾਨ ਹੋਵੇਗਾ, ਇਹ ਕਿਹੜੇ ਮੇਲੇ ਤੇ ਹੋਵੇਗਾ ਇਹ ਵੀ ਐਲਾਨ ਕਰ ਦਿੱਤਾ ਜਾਵੇਗਾ। ਲਓ ਬਿੱਲੀ ਤੇ ਦੂਸਰੇ ਪਾਸੇ ਨੌਜਨ ਰਾਜੂ ਸੁਨੇਹਿਰਾਂ ਦੀ ਧਰਤੀ ਦਾ, ਅਗਲੀ ਰੇਡ ਪਾਉਣ ਦੇ ਲਈ ਨੌਜਨ ਵੱਧ ਰਿਹਾ ਮੇਰੇ ਵੀਰੋ, ਇਹ ਸੁਨੇਹਿਰਾਂ ਵਾਲਾ ਰਾਜੂ। ਹੈਲੋ, ਲਓ ਸਾਹਮਣੇ ਇਸ ਲਈ ਇਹ ਹੈ ਜੀਤੇ ਮੌੜ ਦਾ ਭਾਣਜਾ, ਪਰ ਰਾਜੂ ਸੁਨੇਹਿਰਾਂ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਆਹ ਖਿਡਾਰੀ ਦੀਆਂ 3 ਕਬੱਡੀਆਂ ਤੇ 5 ਕਬੱਡੀਆਂ ਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 3.25 ਲੱਖ ਰੁਪਇਆ ਲੱਗਿਆ ਦਰਸ਼ਕ ਵੀਰੋ, ਔਰ 3.25 ਲੱਖ ਦਾ ਜੇਤੂ ਬਣਿਆ। ਇਹ ਹੈ ਕੋਟਲਾ ਭੜੀ ਵਾਲੇ ਨੌਜਨ ਰਾਜੂ ਦੀ ਖੇਡ ਦੀ ਦੁਨੀਆ ਦੀਵਾਨੀ ਹੈ, ਜਿਹੜਾ 3.25 ਲੱਖ ਦਾ ਵੀ ਜੇਤੂ ਹੈ ਰਾਜੂ ਕੋਟਲਾ ਭੜੀ ਵਾਲਾ, ਤਕੜਾ ਨੰਬਰ। ਗੁਰਦੁਆਰਾ ਸੁਖਚੈਨ ਵਾਲਾ ਸਾਹਿਬ ਕਬੱਡੀ ਕਲੱਬ ਫਗਵਾੜੇ ਦੀ ਟੀਮ ਦੇ ਲਈ ਜੋੜਦਾ ਹੋਇਆ ਆ ਹੈ ਜਗਦੀਪ ਸਿੰਘ ਸੇਖੋ, 68 ਝੂਟ ਇਸ ਵੇਲੇ ਕਬੱਡੀ ਭਾਰ ਹੈ। 4 ਜਾਫੀਆਂ ਦੇ ਵਿੱਚੋਂ ਦੇਖਦਾ ਵੀ ਸੁਰਖਪੁਰੀਏ ਪੰਡਤ ਦੀ ਟੀਮ ਦਾ ਕਿਹੜਾ ਖਿਡਾਰੀ, ਪਰ ਦੇਖੋ ਸਾਹਮਣੇ ਇਸ ਵੇਲੇ ਡਬਲ ਟੱਚ ਤੇ ਪੁਆਇੰਟ 68 ਝੂਟ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਲਓ ਅਗਲੀ ਰੇਡ ਮਨਜੋਤ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਇਸ ਵੇਲੇ ਪਾਰ ਹੈ, ਜੂੜੇ ਤੇ ਬੰਨਿਆ ਹੋਇਆ ਚਿੱਟਾ ਰੁਮਾਲ ਬੜਾ ਫਬਦਾ ਹੈ, ਔਰ ਨੌਜਨ ਇਸ ਵੇਲੇ ਖਿਲਾਰੀਆਂ ਹੋਈਆਂ ਬਾਹਾਂ, 4 ਜਾਫੀਆਂ ਦੇ ਵਿੱਚੋਂ ਤਾਰੀ ਖੀਰਾਂ ਵਾਲੀ ਹੈ, ਪਰ ਪੁਆਇੰਟ ਮਨਜੋਤ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਖੀਰਾਂ ਵਾਲ ਦੀ ਧਰਤੀ ਦਾ ਗੱਗੀ ਅਗਲੀ ਰੇਡ ਪਾਉਣ ਦੇ ਲਈ ਨੌਜਨ ਵਧਾ ਹੋਇਆ ਹੈ। ਗੱਗੀ ਖੀਰਾਂ ਵਾਲੀ ਦੀ ਕਬੱਡੀ ਹੈ, ਭਾਰੀ ਸਰੀਰ ਹੈ, ਬੜੀ ਜਾਨ ਹੈ ਇਸ ਨੌਜਨ ਦੇ ਸਰੀਰ ਦੇ ਵਿੱਚ। ਬਾਬਾ ਪ੍ਰਤਾਪ ਸਿੰਘ ਜੀ, 5ਵਾਂ ਤਖ਼ਤ ਅਕਾਲੀ ਬੁੱਢਾ ਦਲ ਦੇ ਜਥੇਦਾਰ, ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ ਹੈ। ਬਾਬਾ ਪ੍ਰਤਾਪ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਏ ਹੈ, ਮਹਾਂਪੁਰਸ਼ਾਂ ਦਾ ਧੰਨਵਾਦ ਹੈ। ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ, ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ, ਪਰ ਉਹ ਸਾਧੂ ਬਿਰਲੇ ਹੈ ਇਸ ਦੁਨੀਆਂ ਦੇ ਵਿੱਚ। ਮਹਾਂਪੁਰਸ਼ ਪੁੱਜੇ ਹੈ ਬਾਬਾ ਪ੍ਰਤਾਪ ਸਿੰਘ ਜੀ, ਉਹਨਾਂ ਦਾ ਇੱਥੇ ਪੁੱਜਣ ਤੇ ਸਵਾਗਤ ਹੈ। ਆਦਮ ਵਾਲਾ ਪਿੰਡ ਹੈ ਇਸ ਨੌਜਵਾਨ ਦੀ ਖੇਡ ਦੀ ਵੀ ਚਰਚਾ ਛਿੜੀ ਹੋਈ ਹੈ ਵੀ ਆਦਮ ਵਾਲੇ ਦੀ ਧਰਤੀ ਦਾ ਇੱਕ ਸਨੀ ਨੌਜਵਾਨ ਇਹ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਹੈ, ਪਰ ਪੰਡਾਲ ਦੋਨੇ ਦੇ ਰਾਣੇ ਦਾ ਹੈ, ਉੱਥੋਂ ਦੇ ਕਹਿੰਦੇ ਸੁੱਖੇ ਦਾ ਨਾਂ, ਜੱਸੇ ਦਾ ਨਾਂ ਦੁਨੀਆਂ ਦੇ ਪ੍ਰਸਿੱਧ ਖਿਡਾਰੀਆਂ ਦੇ ਵਿੱਚ। ਇਹ ਹੈ ਛੋਟਾ ਰਾਜਾ ਪੰਡਾਲ ਦੋਨੇ ਦਾ ਕੱਪ ਭਿੰਦੇ ਹੋਣੀ, ਵੱਡਾ ਕੱਪ ਕਰਵਾਉਂਦੇ ਆ ਜੈਟਿਕ ਬਿਲਡਿੰਗ ਸਿਸਟਮ ਵਾਲੇ ਸਾਡੇ ਹੈਰੀ ਪੰਡਾਲ ਹੋਣੀ ਵੀ ਵੱਡਾ ਕੱਪ ਕਰਵਾਉਂਦੇ ਹੈ, ਔਰ ਜਿਹਨਾਂ ਦੀ ਵੱਡੀ ਦੇਣ ਹੈ ਖੇਡ ਕਬੱਡੀ ਨੂੰ ਉਹਨਾਂ ਦਾ ਇਹ ਪੇਂਡੂ ਹੈ ਨੌਜਵਾਨ ਜੱਟ ਗੜੀ ਤਰਖਾਣਾ ਵਾਲਾ, ਜੱਟ ਗੜੀ ਤਰਖਾਣਾ ਵਾਲਾ ਹੈ। ਪਰ ਸੁੱਖ ਹੈ ਹਰਦਾਸੇ ਦੀ ਧਰਤੀ ਦਾ, ਜਿਹੜਾ ਰਾਇਲ ਕਿੰਗ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪ੍ਰਤਾਪ ਦਕੋਹੇ ਵਾਲਾ, ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਵਧਿਆ ਹੋਇਆ ਮੇਰੇ ਵੀਰੋ। ਪ੍ਰਤਾਪ ਦੀ ਪਈ ਹੋਈ ਕਬੱਡੀ ਤੇ ਹੁਣ 4 ਜਾਫੀਆਂ ਦੇ ਵਿੱਚੋਂ ਕੌਣ ਗੁੱਟ ਫੜਦਾ, ਕੌਣ ਲੱਤੀ ਲੱਗਦਾ, ਕੌਣ ਮੂਹਰੇ ਹੋ ਕੇ ਕਰਾਟ ਟਾਈਮ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰੇਗਾ। ਆਹ ਤਲਵੰਡੀ ਚੌਧਰੀਆਂ ਦੀ ਧਰਤੀ ਦਾ ਜੀਤਾ ਹੈ, ਇਹ ਵੀ ਬੱਲੇ ਬੱਲੇ ਕਰਵਾ ਰਿਹਾ ਸੀਜ਼ਨ ਦੇ ਵਿੱਚ। ਵੱਜੀ ਹੋਈ ਕੈਂਚੀ, ਵੱਜਦਾ ਹੋਇਆ ਪੰਪ, ਲੱਗਿਆ ਪਿਆ ਜ਼ੋਰ ਦੋਨੋਂ ਖਿਡਾਰੀਆਂ ਦਾ ਕਿ ਜ਼ੋਰ ਤੇ ਜਵਾਨੀ, ਜ਼ੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਵੀ ਇਹਦੇ ਵਿੱਚ ਹੁੰਦਾ ਯਾਰੋ, ਸਾਹਨਾ ਵਾਲਾ ਪੇੜ ਵੀ। ਇਸ ਜਾਫੀ ਦੇ ਲਈ ਸੋਨਾ ਇੰਗਲੈਂਡ ਵਾਲਾ 500 ਰੁਪਇਆ ਪੁੱਜਦਾ ਕਰਦਾ, ਲੈ ਵੀ ਲਾਲੀ ਫੜ 500 ਇਸ ਨੌਜਵਾਨ ਜਾਫੀ ਦਾ। ਲਓ ਅਗਲੀ ਰੇਡ, ਇਹ ਸੁਨੇਹਿਰਾਂ ਵਾਲਾ ਨੌਜਵਾਨ ਸੁਨੇਹਿਰਾਂ ਦੀ ਧਰਤੀ ਦਾ ਰਾਜੂ, ਹੈਲੋ
ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸ਼ਕਰਪੁਰ ਦੀ ਧਰਤੀ ਦਾ ਬੱਚੀ ਹੈ ਮੇਰੇ ਵੀਰੋ, ਫਰਿਆਦ ਦਾ ਵੀਰ ਇਸ ਲਈ ਕਬੱਡੀ ਭਾਰ ਹੈ। ਹੁਣ ਚੌਂ ਜਾਫੀਆਂ ਵਿੱਚੋਂ ਦੇਖਦਾ ਵੀ ਜੀਤੇ ਦੀ ਹਿੱਕ ਦੇ ਵਿੱਚ ਟੱਚ ਕੀਤਾ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਚੁੱਕਿਆ। ਅਗਲੀ ਰੇਡ ਪਾਉਣ ਦੇ ਲਈ ਨਾਢ ਝੋੜ ਛਪਾਰ ਦੀ ਧਰਤੀ ਦਾ ਲੁਧਿਆਣੇ ਜ਼ਿਲ੍ਹੇ ਦਾ, ਇਸ ਲਈ ਗੱਭਰੂ ਕਬੱਡੀ ਪਾ ਰਿਹਾ ਹੈ ਲੁਧਿਆਣਾ ਹੈ। ਔਰ ਜਿਸ ਇਲਾਕੇ ਦੇ ਹੋਰ ਵੀ ਪ੍ਰਸਿੱਧ ਕਬੱਡੀ ਦੇ ਖਿਡਾਰੀ ਸ਼ਹੀਦ ਕਰਤਾਰ ਸਿੰਘ, ਸਰਾਭੇ ਦਾ ਇਲਾਕਾ ਹੈ, ਛਪਾਰ ਪਿੰਡ ਮਸ਼ਹੂਰ ਹੈ ਮੇਰੇ ਵੀਰੋ, ਲਓ ਸਾਹਮਣੇ ਇਸ ਲਈ ਜੱਟ ਗੜੀ ਤਰਖਾਣਾ ਵਾਲਾ, ਪਰ ਨਾਢ ਝੋੜ ਛਪਾਰ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਉਸ ਜੋੜਦਾ ਹੋਇਆ। ਡਾਂਸੀ ਵਾਲ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਮੇਰੇ ਵੀਰੋ। ਕਬੱਡੀ ਰਾਜੂ ਕੋਟਲਾ ਭੜੀ ਵਾਲੇ ਦੀ ਪੈ ਰਹੀ ਹੈ, ਸਮਰਾਲਾ ਉਟਾਲਾ ਦਾ ਇਲਾਕਾ ਹੈ, ਮਹਾਨ ਕਬੱਡੀ ਖਿਡਾਰੀਆਂ ਦਾ ਇਲਾਕਾ ਹੈ ਮੇਰੇ ਵੀਰੋ। ਕੋਟਲਾ ਭੜੀ ਪਿੰਡ ਮਸ਼ਹੂਰ ਕੀਤਾ ਇਸ ਨੌਜਵਾਨ ਨੇ, ਰਾਜੂ ਤਕੜਾ ਨੰਬਰ ਜੋੜਦਾ ਹੋਇਆ। ਆਏ ਖੀਰਾਂ ਵਾਲੀ ਹੈ ਗੱਗੀ ਮੇਰੇ ਵੀਰੋ, ਜਿਹਨੇ ਦੋ ਟਰੈਕਟਰ ਵਰਲਡ ਕੱਪ ਦੇ ਵਿੱਚੋਂ ਜਿੱਤੇ ਹੈ ਔਰ ਇੱਕ ਟਰੈਕਟਰ ਰਾਏਕੋਟ ਦੀ ਧਰਤੀ ਤੋਂ ਜਿੱਤੇ ਹੈ। ਗੱਗੀ ਖੀਰਾਂ ਵਾਲੀ ਹੈ, ਕਨੇਡਾ ਇੰਗਲੈਂਡ ਅਮਰੀਕਾ ਦੇ ਖੇਡ ਮੈਦਾਨਾਂ ਵਿੱਚ ਵੀ ਖੇਡਣ ਦਾ ਮਾਣ ਪ੍ਰਾਪਤ ਹੈ। ਫਤਿਹ ਸਿੰਘ ਪੱਡੇ ਦਾ ਪੁੱਤਰ ਗੱਗੀ ਖੀਰਾਂ ਵਾਲੀ ਹੈ, ਤਕੜਾ ਨੰਬਰ ਜੋੜ ਗਿਆ। ਮਨਜੋਤ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਪਾਰ ਹੈ ਕਬੱਡੀ। ਇਸ ਨੌਜਵਾਨ ਦੀ ਵੀ ਖੇਡ ਦੀ ਚਰਚਾ ਦੁਨੀਆ ਭਰ ਦੇ ਵਿੱਚ ਛਿੜਦੀ ਹੈ ਵੀ ਬੜੀਆਂ ਦਲੇਰੀ ਦੇ ਨਾਲ, ਆਤਮ ਵਿਸ਼ਵਾਸ ਦੇ ਨਾਲ, ਲਗਾਤਾਰ ਠੰਮੇ ਦੇ ਨਾਲ ਕਬੱਡੀਆਂ ਪਾ ਕੇ ਆਪਣੀ ਟੀਮ ਨੂੰ ਜਿੱਤ ਦਵਾ ਦਿੰਦਾ। ਮਨਜੋਤ ਤੇ ਰਾਜੂ ਦੀ ਜੋੜੀ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਦੇ ਵਿੱਚ ਮਸ਼ਹੂਰ ਹੈ। ਆਹ ਨੌਜਵਾਨ ਹਰਦਾਸੇ ਵਾਲਾ ਬਾਬੀ ਤਕੜਾ ਖਿਡਾਰੀ ਰਿਹਾ ਹੈ ਮੇਰੇ ਵੀਰੋ, ਔਰ ਦੋ ਪੁੱਤਰ ਨੇ, ਦੋਨੇ ਕਬੱਡੀ ਖੇਡਦੇ ਆ, ਹਰਦਿਆਲ ਤੇ ਆ ਛੋਟਾ ਵੀਰ ਕਹਿੰਦੇ ਸੁਖ। ਲਓ ਇਸ ਵੇਲੇ ਕਬੱਡੀ ਭਾਰ ਹੈ, ਆਏ ਜੀਤੇ ਮੌੜ ਦਾ ਭਾਣਜਾ ਮੇਰੇ ਵੀਰੋ। ਜੀਤਾ ਮੌੜ ਵੀ ਦੁਨੀਆ ਦਾ ਉਹ ਜਾਫੀ ਹੋਇਆ ਜੋ ਆਪਣੇ ਸਮੇਂ ਦੇ ਵਿੱਚ ਚੋਟੀ ਦੇ ਰੇਡਰਾਂ ਨੂੰ ਆਉਣ ਵਾਲੀ ਗੱਲ ਸੀਗੀ ਮੇਰੇ ਵੀਰੋ। ਕਾਲੇ ਸੰਘੇ ਪਿੰਡ ਮਸ਼ਹੂਰ ਹੋਇਆ ਤੋਚੀ ਦਾ, ਔਰ ਕਾਲੇ ਸੰਘਿਆਂ ਦੇ ਮਹਿੰਦਰ ਮੌੜ ਉਹਨਾਂ ਦੀ ਵੱਡੀ ਦੇਣ ਹੈ। ਮੋਹਣੇ ਹੋਣਾਂ ਦੀ ਖੇਡ ਕਬੱਡੀ ਦੀ ਗੱਲ ਹੁੰਦੀ ਹੈ, ਤਾਜੇ ਵਰਗੇ ਅੱਜ ਦੇ ਸਮੇਂ ਦੇ ਸਟਾਰ ਨੇ ਮਨਜਿੰਦਰ ਉੱਡਣੇ ਵਰਗੇ। ਲਓ ਆਹ ਆਲਦੂਨੇ ਵਾਲਾ ਛੋਟਾ ਰਾਜਾ ਕਬੱਡੀ ਪਾ ਰਿਹਾ ਹੈ, ਤਾਰੀ ਤੇ ਫਰਿਆਦ ਦੀ ਜੋੜੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਖੀਰਾਂ ਵਾਲ ਦੀ ਧਰਤੀ ਦਾ ਬੁਲਟਾਂ ਦਾ ਜੇਤੂ ਹੈ ਨੌਜਵਾਨ, ਅਨੇਕਾਂ ਮੋਟਰਸਾਈਕਲ ਜਿੱਤੇ ਆ। ਤਾਰੀ ਨੇ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਲਓ ਸੁਨੇਹਾਂ ਦੀ ਧਰਤੀ ਦਾ ਰਾਜੂ ਕਬੱਡੀ ਪਾ ਰਿਹਾ ਮੇਰੇ ਵੀਰੋ, ਰਾਜੂ ਸੁਨੇਹਾਂ ਵਾਲੇ ਦੀ ਕਬੱਡੀ ਪੈ ਰਹੀ ਹੈ। ਲਓ ਪ੍ਰਤਾਪ ਦਕੋਹੇ ਵਾਲਾ ਨੌਜਵਾਨ ਅਗਲੀ ਰੇਡ ਪਾਉਣ ਦੇ ਲਈ ਫਿਰ ਵਧਿਆ ਹੋਇਆ ਕਿ ਰੇਡ ਪੈਂਦੀ ਨਾਲ ਦਲੇਰੀ ਟੱਚ ਕਰਨੀ ਔਖੀ, ਜਾਫੀਆਂ ਦੀ ਘੇਰੀ ਆਣ ਹੰਧਿਆਂ ਉੱਤੇ ਪੜਦੇ ਥਾਪੀ ਲਾਉਣੀ ਪੈਂਦੀ ਏ। ਦੁਨੀਆਂ ਐਵੇਂ ਨਹੀਂ ਮੰਨਦੀ, ਖੇਡ ਦਿਖਾਉਣੀ ਪੈਂਦੀ ਏ। ਦੁਨੀਆਂ ਐਵੇਂ ਨਹੀਂ ਮੰਨਦੀ, ਖੇਡ ਦਿਖਾਉਣੀ ਪੈਂਦੀ ਏ। ਦਿਲੋਂ ਮਾਰ ਕੇ ਜਾਨ ਠਲਣੇ ਪੈਂਦੇ ਨੇ ਤੂਫਾਨ, ਲੱਤਾਂ ਵਿੱਚ ਵੜ ਕੇ ਗਿੱਟਾ ਫੜ ਕੇ ਪੁੱਠੀ ਪਾਉਣੀ ਪੈਂਦੀ ਏ। ਦੁਨੀਆਂ ਐਵੇਂ ਨਹੀਂ ਮੰਨਦੀ, ਖੇਡ ਦਿਖਾਉਣੀ ਪੈਂਦੀ ਏ। ਦੁਨੀਆਂ ਐਵੇਂ ਨਹੀਂ ਮੰਨਦੀ, ਖੇਡ ਦਿਖਾਉਣੀ ਪੈਂਦੀ ਏ। ਲਓ ਸਾਹਮਣੇ ਇਸ ਵੇਲੇ ਐਨ ਨੌਜਵਾਨ ਕੇ ਤਕੜਾ ਜਫਾ ਮੇਰੇ ਵੀਰੋ, ਗੁੱਗੂ ਹੈ ਲੈ ਵੀ ਹਨੀ ਗੁੱਗੂ ਹੈ ਨੌਜਵਾਨ, ਬੜੇ ਪਿੰਡ ਵਾਲਾ ਹੈ, ਮਹਾਨ ਕਬੱਡੀ ਖਿਡਾਰੀਆਂ ਦਾ ਇਹ ਪੇਂਡੂ ਗੁੱਗੂ ਬੜੇ ਪਿੰਡ ਵਾਲਾ ਹੈ, ਐਨ ਚੜ੍ਹਦੀ ਉਮਰ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਹੈ, ਜਿਹਨੇ ਤਕੜਾ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਬੜੇ ਪਿੰਡ ਵਾਲੇ ਗੁੱਗੂ ਨੇ ਲਾ ਦਿੱਤਾ। ਮਹਾਂਪੁਰਸ਼ ਪੁੱਜੇ ਹੋਏ ਹੈ, ਉਹਨਾਂ ਦਾ ਵੀ ਧੰਨਵਾਦ ਹੈ ਕਿ ਸਾਧੂ ਰਹਿੰਦੇ ਜੱਗ 'ਚ ਬਗਾਨੇ ਬਣ ਕੇ, ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ। ਮਹਾਂਪੁਰਸ਼ਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹੈ। ਬਾਬਾ ਪ੍ਰਤਾਪ ਸਿੰਘ ਜੀ, ਪੰਜਵਾਂ ਤਖਤ ਅਕਾਲੀ ਬੁੱਢਾ ਦਲ ਦੇ ਜਥੇਦਾਰ, ਵਿਸ਼ੇਸ਼ ਤੌਰ 'ਤੇ ਸਾਡੇ ਦਰਮਿਆਨ ਸੰਗਤ ਨੂੰ, ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜੇ ਹੋਏ ਹੈ। ਔਰ ਢਾਡੀ ਤਰਸੇਮ ਸਿੰਘ ਜੀ, ਸਰਦਾਰ ਤਰਸੇਮ ਸਿੰਘ ਜੀ, ਮੋਹਰਾਂ ਵਾਲੇ ਕਿਸੇ ਜਾਣ ਪਹਿਚਾਣ ਦੇ ਮੁਤਾਜ ਨੇ, ਦੁਨੀਆਂ ਦੇ ਵਿੱਚ ਵੱਡਾ ਨਾਮ ਹੈ ਮੇਰੇ ਵੀਰੋ। ਔਰ ਜਦੋਂ ਗੱਲ ਕਰਨਗੇ ਤੇ ਫਿਰ ਦੁਨੀਆਂ ਨੂੰ ਪਤਾ ਲੱਗੇਗਾ ਵੀ ਤਰਸੇਮ ਸਿੰਘ ਮੋਹਰਾਂ ਵਾਲੀ ਹੈ, ਸਿੱਖ ਪੰਥ ਦਾ ਮਹਾਨ ਐਨ ਢਾਡੀ ਅੱਜ ਪੁੱਜਿਆ ਹੋਇਆ ਡਾਂਸੀਵਾਲ ਦੇ ਕਬੱਡੀ ਕੱਪ ਦੇ ਉੱਪਰ ਸੰਗਤਾਂ ਨੂੰ ਨਿਹਾਲ ਕਰਨ ਦੇ ਲਈ, ਕਿਉਂਕਿ ਅੱਜ ਦਾ ਇਹ ਮੇਲਾ ਹੈ ਜੋ ਕਰਵਾਇਆ ਜਾ ਰਿਹਾ ਹੈ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਯਾਦ ਦੇ ਵਿੱਚ ਬਣੀ ਹੋਈ ਸਪੋਰਟਸ ਕਲੱਬ ਹੈ। ਸ਼ਹੀਦੀ ਦਿਹਾੜਾ ਵੀ ਲੰਘਿਆ ਮੇਰੇ ਵੀਰੋ, ਸਿੱਖ ਪੰਥ
ਐਨ ਦੁਨੀਆਂ ਦੇ ਵਿੱਚ ਸਿੱਖੀ ਐਨ ਬਲੱਖਣਤਾ ਹੈ। ਆਓ ਵੇਖੋ ਮੁੰਡਾ ਸਿੱਖ ਸਰਦਾਰ ਕਬੱਡੀ ਪਾ ਰਿਹਾ, ਇਹਦੀ ਸਾਰੇ ਖਿਡਾਰੀਆਂ ਤੋਂ ਹੀ ਬਲੱਖਣਤਾ ਹੈ ਮੇਰੇ ਵੀਰੋ। ਐਨ ਦੁਨੀਆਂ ਪਿਆਰ ਕਰਦੀ ਹੈ, ਜੂੜੇ ਤੇ ਬੰਨਿਆ ਰੁਮਾਲ ਦੇਖੋ ਫੱਬਦਾ ਹੈ। ਇਹ ਹੈ ਕੋਟਲਾ ਭੜੀ ਦੀ ਧਰਤੀ ਦਾ ਰਾਜੂ, 6 ਫੁੱਟ ਉੱਪਰ ਕੱਦ ਹੈ। ਹਾਂ ਪੁਰਸ਼ਾਂ ਵੱਲੋਂ ਵੱਡੇ ਆਸ਼ੀਰਵਾਦ ਪੁੱਜੇ ਹੈ, ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਆਸ਼ੀਰਵਾਦ ਪੁੱਜਿਆ, ਬਹੁਤ ਬਹੁਤ ਧੰਨਵਾਦ। ਆਓ ਸਾਹਮਣੇ ਇਸ ਵੇਲੇ ਗੱਗੀ ਖੀਰਾਂ ਵਾਲੀ ਹੈ, ਆ ਜੱਟ ਗੜੀ ਤਰਖਾਣਾ ਵਾਲਾ, ਤਾੜੀਆਂ ਮਾਰ ਦੋ ਜ਼ੋਰਦਾਰ ਦਰਸ਼ਕ ਵੀਰੋ। ਇਹ ਹੈ ਗੜੀ ਤਰਖਾਣਾ ਦੀ ਧਰਤੀ ਦਾ ਜੱਟ, ਜਿਹਨੇ ਤਕੜਾ ਜੱਫਾ ਲੱਗੇ ਪੁਆਇੰਟ ਆਪਣੀ ਟੀਮ ਦੇ ਉਸੇ ਜੋੜ ਦਿੱਤਾ ਹੈ। ਮਨਜੋਤ ਅਗਲੀ ਰੇਡ ਪਾਉਣ ਦੇ ਲਈ ਵਧਾ ਹੋਇਆ ਹੈ, ਮਾਛੀਵਾੜਾ ਸਾਹਿਬ ਦੀ ਧਰਤੀ ਦਾ ਹੈ, ਇਸ ਲਈ ਮਨਜੋਤ ਕਬੱਡੀ ਪਾ ਰਿਹਾ ਹੈ। ਤਾਰੀ ਖੀਰਾਂ ਵਾਲੀ ਹੈ, ਸਨੀ ਆਦਮ ਵਾਲੇ ਦੀ ਧਰਤੀ ਦਾ ਹੈ। ਆਹ ਹੈ ਨੌਜਨ ਖੀਰਾਂ ਵਾਲ ਦੀ ਧਰਤੀ ਦਾ ਤਾਰੀ, ਨੌਜਨ ਇਸ ਲਈ ਕੋਸ਼ਿਸ਼ ਕਰ ਰਿਹਾ ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਕਿ ਲੱਥ ਜਾਂਦੀ ਭੁੱਖ ਦੇ ਕੇ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ, ਜਿੱਤ ਪੈਰ ਆਣ ਕੇ ਖੀਰਾਂ ਨੂੰ ਵੇਟ ਮਾਰਦੇ ਜਿਮਾਂ ਦੇ ਵਿੱਚ ਜਾ ਕੇ, ਤੇ ਹੁਣ ਮਜ਼ਬੂਤ ਅੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਮਾਰਦੇ ਆ ਮੱਲਾਂ ਵੱਡੀਆਂ, ਹਰੀ ਭੰਡਾਲ ਦੋਨੇ ਵਾਲਾ। ਪਰ ਰਾਜੂ ਨੌਜਨ ਸਰੇਰਾਂ ਦੀ ਧਰਤੀ ਦਾ, ਜ਼ਿਲ੍ਹੇ ਮੋਗੇ ਦਾ ਇਹ ਖਿਡਾਰੀ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਨੌਜਨ। ਇਹ ਹੈ ਪ੍ਰਤਾਪ ਦਕੋਹੇ ਵਾਲਾ, ਕਿ ਕਿਤਾਬ ਤਾਂ ਹਰ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ, ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ, ਜੋ ਧਰਤੀ ਨੂੰ ਭੁੱਲਦਾ ਏ ਉਹ ਟਿਕਦਾ ਨਹੀਂ ਅਸਮਾਨ ਦੇ ਵਿੱਚ ਚਿਰ ਵਾਲਾ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ। ਲਓ ਦੁਨੀਆ ਤੇ ਨਾਂ ਪੈਦਾ ਕਰਨਾ ਹੈ, ਵੱਖਰੀ ਮਿਸਾਲ ਬਣਾਉਣੀ ਕੋਈ ਸੌਖੀ ਗੱਲ ਨਹੀਂ ਮੇਰੇ ਵੀਰੋ, ਵੱਡੀ ਮਿਹਨਤ ਕਰਨੀ ਪੈਂਦੀ ਹੈ ਭਾਵੇਂ ਉਹ ਕੋਈ ਵੀ ਖੇਤਰ ਹੈ ਸਨੀ ਆਦਮ ਵਾਲੇ ਦਾ। ਇਸ ਲਈ ਤਕੜਾ ਜੱਫਾ ਲੱਗੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਹਾਫ ਸਮਾਂ ਇਸ ਮੈਚ ਦਾ ਹੋ ਚੁੱਕਿਆ ਹੈ, ਗੁਰਦੁਆਰਾ ਸੁਖਚੈਨ ਰਾਣਾ ਸਾਹਿਬ ਕਬੱਡੀ ਕਲੱਬ ਫਗਵਾੜਾ, ਉਸ ਟੀਮ ਦੇ ਜੋ ਸਕੋਰ ਨੇ ਹਾਫ ਸਮੇਂ ਦੇ ਵਿੱਚ 15 ਪੁਆਇੰਟ ਰਹੇ ਨੇ, ਤੇ ਰਾਇਲ ਕਿੰਗ ਕਬੱਡੀ ਕਲੱਬ USA ਦੇ ਪੁਆਇੰਟ 21.5 ਨੇ ਦਰਸ਼ਕ ਵੀਰੋ, 15 ਤੇ 21.5, 6 ਪੁਆਇੰਟਾਂ ਦਾ ਫਰਕ ਹੈ। ਆਖਲੀ ਵੀ 3 ਜੱਫਿਆਂ ਦਾ ਜਿਹੜਾ ਹੈ ਉਹ ਫਰਕ ਚੱਲ ਰਿਹਾ ਹੈ। ਫਾਈਨਲ ਸਕੋਰ ਕੀ ਹੋਵੇਗਾ? ਫਾਈਨਲ ਦੇ ਵਿੱਚ ਪੁੱਜੀ ਹੋਈ ਟੀਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਂ ਦੇ ਨਾਲ ਇਸ ਮੈਚ ਦੀ ਜੇਤੂ ਟੀਮ ਫਾਈਨਲ ਮੈਚ ਖੇਡੇਗੀ। ਫਿਰ ਤੋਂ ਪ੍ਰਬੰਧਕਾਂ ਦਾ, NRI ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਜਿਨ੍ਹਾਂ ਨੇ ਇਸ ਫੁੱਟਬਾਲ ਤੇ ਕਬੱਡੀ ਕੱਪ ਕਰਵਾਉਣ ਦੇ ਲਈ ਬਹੁਤ ਵੱਡੇ ਯੋਗਦਾਨ ਪਾਏ ਹੈ। ਸਾਰੇ NRI ਵੀਰਾਂ ਦਾ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ। ਸਰਦਾਰ ਲਖਵੀਰ ਸਿੰਘ ਜੀ ਰਾਣਾ, ਜਿਨ੍ਹਾਂ ਦੀ ਯੋਗ ਅਗਵਾਈ ਬਣੀ ਹੋਈ ਹੈ ਇਸ ਮੇਲੇ ਦੇ ਲਈ, ਹਰਪ੍ਰੀਤ ਸਿੰਘ ਜੀ ਨਿਊਜ਼ੀਲੈਂਡ ਤੋਂ, ਸੋਨੂੰ USA ਸੋਨਾ ਇੰਗਲੈਂਡ, ਜਿਨ੍ਹਾਂ ਵੱਲੋਂ 1.5 ਲੱਖ ਤੇ ਨਾਲ ਮੋਟਰਸਾਈਕਲ ਸਪੋਂਸਰ ਕੀਤਾ ਗਿਆ ਹੈ। ਯੰਗ ਸਪੋਰਟਸ ਕਲੱਬ ਸਪੇਨ ਦਾ, ਸਪੇਨ ਦੀ ਯੰਗ ਸਪੋਰਟਸ ਕਲੱਬ ਦਾ ਬਹੁਤ ਵੱਡਾ ਯੋਗਦਾਨ ਹੈ, ਔਰ ਉਹਨਾਂ ਵੀਰਾਂ ਨੇ ਐਲਾਨ ਕੀਤਾ ਵੀ ਅਗਲੇ ਸਾਲ ਵੀ ਵੱਡੇ ਪੱਧਰ ਤੇ ਯੋਗਦਾਨ ਪਾਏ ਜਾਣਗੇ ਜਦੋਂ ਵੀ ਇਹ ਫੁੱਟਬਾਲ ਤੇ ਕਬੱਡੀ ਕੱਪ ਹੋਵੇਗਾ। ਲਓ ਸ਼ਕਰਪੁਰੀਆ ਬੱਚੀ, ਹਾਫ ਸਮੇਂ ਤੋਂ ਬਾਅਦ ਸਾਈਡਾਂ ਚੇਂਜ ਹੋ ਗਈਆਂ ਨੇ, ਬੱਚੀ ਦੀ ਪਈ ਹੋਈ ਕਬੱਡੀ ਤੇ ਤਾਰੀ ਖੀਰਾਂ ਵਾਲ ਦੀ ਧਰਤੀ ਦਾ, ਇਹ ਖਿਡਾਰੀ ਵੀ ਖੇਡ ਆਇਆ ਹੈ ਕੈਨੇਡਾ ਦੀ ਧਰਤੀ ਤੇ ਇਸੇ ਸੀਜ਼ਨ ਦੇ ਵਿੱਚ 2017, ਅੱਜ 31 ਦਸੰਬਰ ਹੈ ਔਰ ਫਿਰ 2018 ਮੇਰੇ ਵੀਰੋ। ਹੈਪੀ ਨਿਊ ਈਅਰ ਸਾਰੀ ਸੰਗਤ ਨੂੰ, ਨਵੇਂ ਸਾਲ ਦੀਆਂ ਲੱਖ ਲੱਖ ਵਾਰ ਮੁਬਾਰਕਬਾਦ ਵੀ ਹੈ। ਆਉਣ ਵਾਲਾ ਸਾਲ ਇਹਨਾਂ ਖਿਡਾਰੀਆਂ ਦੇ ਲਈ, ਸਮੁੱਚੀ ਸੰਗਤ ਦੇ ਲਈ, ਸਿੱਖ ਪੰਥ ਦੇ ਲਈ, ਰੰਗਲੇ ਪੰਜਾਬ ਦੇ ਲਈ, ਇਸ ਭਾਰਤ ਦੇ ਲਈ, ਦੁਨੀਆਂ ਦੇ ਲਈ ਨਵੀਆਂ ਖੁਸ਼ੀਆਂ ਲੈ ਕੇ ਆਵੇ। ਏਕਤਾ ਪਿਆਰ ਇਤਵਾਕ ਪੰਜਾਬ ਦੀ ਧਰਤੀ ਤੇ ਬਣਿਆ ਰਹੇ ਔਰ ਫਸਲਵਾੜੀ ਦੀ ਸੁੱਖ ਸ਼ਾਂਤੀ ਰਹੇ, ਇਹੀ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਹੈ। ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਇਹੀ ਅਰਦਾਸ ਬੇਨਤੀ ਹੈ ਵੀ ਆਉਣ ਵਾਲਾ ਸਾਲ ਸਾਰਿਆਂ ਦੀ ਤਰੱਕੀ ਹੋਵੇ। ਔਰ ਸਾਹਮਣੇ ਇਸ ਵੇਲੇ ਨੌਜਵਾਨ ਕਬੱਡੀ ਪਾਉਣ ਦੇ ਲਈ, ਇਹ ਹੈ ਛੋਟਾ ਰਾਜਾ ਭੰਡਾਲ ਦੋਨੇ ਦੀ ਧਰਤੀ ਦਾ, ਕਬਰੂ ਵਧਿਆ ਹੋਇਆ 4 ਜਾਫੀਆਂ ਵਿੱਚੋਂ, ਹੁਣ ਕਿਹੜਾ ਜਾਫੀ, ਕਿ ਰਣ ਜਿੱਤਣ ਨੂੰ ਸੂਰਮਾ ਰਹੇ ਹਰਦਮ ਲੋਕੋ ਤਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ, ਜੋ ਪਹਿਲਾ ਕਰਜੇ ਵਾਰ ਛੋਟੇ ਰਾਜੇ ਦੀ ਪਈ ਹੋਈ ਕਬੱਡੀ ਤੇ। ਆਓ ਵੇਖੋ, ਇਹਨੂੰ ਜਸਮਾਨੀ ਚੁੰਬਕ ਕਹਿੰਦੇ ਆ ਮੇਰੇ ਵੀਰੋ। ਇਹ ਟਰਾਂਟੋ ਦੇ ਵਰਲਡ ਕੱਪ ਦਾ ਬੈਸਟ ਹੈ, ਜਿਸ ਕੱਪ ਦਾ ਬੈਸਟ ਰੇਟ ਦੇ ਲਈ ਮੈਂ ਦੁਨੀਆ ਦੇ ਵੱਡੇ ਵੱਡੇ ਸਟਾਰ ਖਿਡਾਰੀਆਂ ਨੂੰ ਤਰਸਦਿਆਂ ਦੇਖਿਆ, ਪਰ ਫਰਿਆਦ ਬੜਾ ਭਾਗਾਂ ਵਾਲਾ ਹੈ।
जो टोरंटो दे वर्ल्ड कप दा भी बेस्ट है उधर गुरविंदर प्रवान कलमांवाल है दुनिया दा महान जाफी फकीर सिंह दा पुत्र भी पुज्या होया है जो जोत कबड्डी क्लब दे लई भी खेड्या है हरविंदर लड्डू होणां दी न्यूयॉर्क पेंटिंग वालों की स्पोंसर की टीम जिन्हां दे नाल वड्डा प्यार है ताड़ी सरदार तरसेम सिंह जी मोरा वाली साहब दा है और वह भी पुजदे है जोत कबड्डी क्लब वाले वड्डा माण करदे हरविंदर लड्डू होणी लाओ सामने इस वेले कबड्डी पाउण दे लई कोटला भड़ी वाला राजू मेरे वीरो ਵਧਿਆ ਹੋਇਆ ਸੱਤ ਜਨਵਰੀ ਕਹਿੰਦੇ ਕਪੂਰਥਲੇ ਦੇ ਕਬੱਡੀ ਕੱਪ ਦੀ ਹੋਣੀ ਹੈ ਅਮਰਜੀਤ ਸਿੰਘ ਜੀ ਬਾਊ ਵਿਰਕ ਉਹਨਾਂ ਦੀ ਯਾਦ ਦੇ ਵਿੱਚ ਵੱਡਾ ਕੱਪ ਜਿਹੜਾ ਹੈ ਜੋਤ ਕਬੱਡੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਉਸ ਕੱਪ ਦੇ ਲਈ ਵੀ ਆਪ ਸਭ ਨੂੰ ਸੱਦੇ ਹੈ ਸੱਤ ਜਨਵਰੀ ਕਪੂਰਥਲੇ ਦੀ ਧਰਤੀ ਤੇ ਸਵਰਗਵਾਸੀ ਅਮਰਜੀਤ ਸਿੰਘ ਜੀ ਬਾਊ ਵਿਰਕ ਜੋਤ ਕਬੱਡੀ ਕਲੱਬ ਵਾਲੇ ਉਹਨਾਂ ਦੇ ਯਾਦ ਦੇ ਵਿੱਚ ਉਹਨਾਂ ਦੇ ਯਾਰਾਂ ਮਿੱਤਰਾਂ ਵੱਲੋਂ ਜੋਤ ਕਬੱਡੀ ਕਲੱਬ ਵੱਲੋਂ ਵੱਡਾ ਕੱਪ ਹੋ ਰਿਹਾ ਹੈ ਕਪੂਰਥਲੇ ਦੀ ਧਰਤੀ ਤੇ ਉਸ ਲਈ ਵੀ ਸੱਦੇ ਹੈ ਪੰਜ ਤਰੀਕ ਜਿਹੜੀ ਟਿੱਬੇ ਦੇ ਕਬੱਡੀ ਕੱਪ ਦੀ ਹੋਣੀ ਹੈ ਉਸ ਕਬੱਡੀ ਕੱਪ ਦੇ ਲਈ ਵੀ ਸੱਦਿਆ ਸੱਤ ਤਰੀਕ ਨੂੰ ਨਮਾਜੀਪੁਰ ਦੇ ਵਿੱਚ ਵੀ ਰੌਣਕਾਂ ਲੱਗਣਗੀਆਂ ਮੇਰੇ ਵੀਰੋ ਔਰ ਕਬੱਡੀ ਕੱਪ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡਣਗੀਆਂ ਆਉਣ ਵਾਲੇ ਸਮੇਂ ਦੇ ਕਬੱਡੀ ਕੱਪ ਹੈ ਅੱਜ ਡੰਸੀਵਾਲ ਦੀ ਧਰਤੀ ਤੇ ਇੱਕ ਕਬੱਡੀ ਦਾ ਗੁਲਾਬ ਖੇਡਿਆ ਹੋਇਆ ਹੈ ਸੰਗਤ ਲੈਂਦੀ ਹੋਈ ਸਵਾਦ ਇੱਕ ਇੱਕ ਰੇਡ ਦਾ ਇੱਕ ਇੱਕ ਜੱਫੇ ਦਾ ਹੈ ਮੈਂ ਵੀ ਸੋਨਿਆ ਅੱਜ ਐਨ ਪਹਿਲਾ ਮੈਚ ਵੀ ਸਿਰੇ ਦਾ ਹੈ ਆਹ ਮੈਚ ਵੀ ਸਿਰੇ ਦਾ ਸੋਨਾ ਸਾਡਾ ਵੀਰ ਜਿਹਦੇ ਮਨ ਦੇ ਵਿੱਚ ਰੀਸ ਸੀ ਵੀ ਪਿੰਡ ਦੇ ਵਿੱਚ ਕੱਪ ਕਰਵਾਉਣਾ ਹੈ ਔਰ ਦੁਨੀਆਂ ਦੇ ਵੱਡੇ ਸਟਾਰ ਖਿਡਾਉਣੇ ਹੈ ਅੱਜ ਦੁਨੀਆਂ ਦੇ ਸਟਾਰ ਪੁੱਜੇ ਹੋਏ ਮੈਂ ਵੀ ਸੋਨਿਆ ਮੁਬਾਰਕਬਾਦ ਹੈ ਯਾਦਾਂ ਨੇ ਸਾਡੇ ਵੀਰ ਦੀਆਂ ਜਿਸ ਕਾਰਨ ਲਓ ਬੱਚੀ ਕਬੱਡੀ ਪਾ ਰਿਹਾ ਆਹ ਮੈਚ ਤੋਂ ਬਾਅਦ ਫਿਰ ਅੱਧੇ ਘੰਟੇ ਦੀ ਬ੍ਰੇਕ ਹੋਵੇਗੀ ਗੁਰੂ ਦੀਆਂ ਲਾਡਲੀਆਂ ਫੌਜਾਂ ਨਿੰਘ ਸਿੰਘ ਪੁੱਜੇ ਹੋਏ ਹੈ ਗੱਤਕਾ ਉਹ ਵੀ ਮੇਰੇ ਵੀਰੋ ਤੇ ਤੁਹਾਡੀ ਤਰਸੇਮ ਸਿੰਘ ਜੀ ਮੋਹਰਾ ਵਾਲੀ ਆਪਣੀਆਂ ਬਾਰਾਂ ਦੇ ਨਾਲ ਨਿਹਾਲ ਕਰਨਗੇ ਸੰਗਤ ਨੂੰ ਔਰ ਫਿਰ ਫਾਈਨਲ ਠੀਕ ਅੱਧੇ ਘੰਟੇ ਬਾਅਦ ਹੋਵੇਗਾ ਇਹ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਲਓ ਆਹ ਖਿਡਾਰੀ ਦਾ ਚੂੜ ਚੱਕ ਪਿੰਡ ਹੈ ਮੇਰੇ ਵੀਰੋ ਜ਼ਿਲ੍ਹੇ ਮੋਗੇ ਦੇ ਵਿੱਚ ਜਿੱਥੋਂ ਦਾ ਸਵਰਨਾ ਬੈਲੀ ਜਿੱਥੋਂ ਦਾ ਪੱਪੂ ਔਰ ਅੱਜ ਕੱਲ੍ਹ ਕੁਲਦੀਪ ਕਲੇਰ ਦੀ ਚੜ੍ਹਤ ਹੈ ਲਓ ਗਗਨ ਚੂੜ ਚੱਕੀ ਹੈ ਮੇਰੇ ਵੀਰੋ ਚੂੜ ਚੱਕ ਦੀ ਧਰਤੀ ਦਾ ਇਹ ਗਗਨ ਹੈ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਅਗਲੀ ਰੇਡ ਪ੍ਰਤਾਪ ਦਕੋਹੇ ਵਾਲਾ ਨੌਜਵਾਨ ਪਾਉਣ ਦੇ ਲਈ ਵੱਧ ਰਿਹਾ ਖਿਡਾਰੀ ਵੱਧ ਵੱਧ ਕੇ ਕਬੱਡੀਆਂ ਪੈ ਰਹੀਆਂ ਵੱਧ ਚੜ੍ਹ ਕੇ ਜੱਫੇ ਲੱਗ ਰਿਹਾ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਨੌਜਵਾਨ ਪ੍ਰਤਾਪ ਦਕੋਹੇ ਵਾਲਾ ਕਬੱਡੀ ਪਾ ਰਿਹਾ ਪੈਂਦੀਆਂ ਨੇ ਕਬੱਡੀਆਂ ਜੇ ਚੜ੍ਹ ਚੜ੍ਹ ਕੇ ਦੇਖਦਾ ਜਵਾਨਾ ਜਾਂ ਰੁੱਖੜ ਖੜ ਕੇ ਲਓ ਸਾਹਮਣੇ ਆਨੰਦ ਮਾਰ ਰਿਹਾ ਦਰਸ਼ਕ ਪ੍ਰਤਾਪ ਦਕੋਹੇ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਫਰਿਆਦ ਹੈ ਲਓ ਸਾਹਮਣੇ ਨੌਜਵਾਨ ਗੱਭਰੂ ਦੀ ਕੀਤੀ ਹੋਈ ਕੋਸ਼ਿਸ਼ ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ ਗੁਰਦੁਆਰਾ ਸੁਖਚੈਨ ਰਾਣਾ ਸਾਹਿਬ ਕਬੱਡੀ ਕਲੱਬ ਫਗਵਾੜੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਹੁੰਦਾ ਹੈ ਲਓ ਅਗਲੀ ਰੇਡ ਇਹ ਹੈ ਨੌਜਵਾਨ ਖਿਡਾਰੀ ਸਨੇਰਾਂ ਵਾਲਾ ਇਹਨੂੰ ਰਾਜੂ ਕਹਿੰਦੇ ਦਰਸ਼ਕ ਵੀਰ ਉਹ ਸਨੇਰਾਂ ਦੀ ਧਰਤੀ ਦਾ ਇਸ ਲਈ ਕਬੱਡੀ ਪਾ ਰਿਹਾ ਉਧਰ ਆ ਹੈ ਗੁੱਗੂ ਬੜੇ ਪਿੰਡ ਦਾ ਬੜਾ ਤੇਜ਼ ਤਰਾਰ ਹੈ ਬੜਾ ਸ਼ਾਰਪ ਹੈ ਐਨ ਕਮਾਲ ਦੇ ਜੱਫੇ ਲਾਉਂਦਾ ਹੈ ਮੁੰਡਾ ਉਮਰ ਛੋਟੀ ਹੈ ਪਰ ਸਨੇਰਾਂ ਵਾਲਾ ਰਾਜੂ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਹੈ ਛੋਟਾ ਰਾਜਾ ਭੰਡਾਲ ਦੋਨੇ ਵਾਲਾ ਹੈ ਭੰਡਾਲ ਦੋਨੇ ਦਾ ਕੱਪ ਵੀ ਇਸ ਸਾਲ ਐਨ ਪੰਜਾਬ ਦਾ ਚੋਟੀ ਦਾ ਕੱਪ ਬਣ ਗਿਆ ਮੇਰੇ ਵੀਰੋ ਐਨ ਬੱਲੇ ਬੱਲੇ ਹੋਈ ਹੈ ਭੰਡਾਲ ਦੋਨੇ ਦੇ ਵਿੱਚ ਵੀ ਉਸੇ ਭੰਡਾਲ ਦੋਨੇ ਦੀ ਧਰਤੀ ਦਾ ਇਹ ਨੌਜਵਾਨ ਛੋਟਾ ਰਾਜਾ ਕਬੱਡੀ ਪਾ ਰਿਹਾ ਹੈ ਇੱਕ ਕੰਨੀ ਤੇ ਜੀਤਾ ਹੈ ਨਾਲ ਕਹਿੰਦੇ ਨੌਜਵਾਨ ਦੂਸਰੀ ਕੰਨੀ ਤੇ ਫਰਿਆਦ ਲੱਗਿਆ ਹੋਇਆ ਹੈ ਸੁਨਿਆਰੇ ਤਿਆਰ ਨੇ ਫੌਜੀ ਖਾਲਸਾ ਗੱਤਕਾ ਗਰੁੱਪ ਵਾਲੇ ਸਾਡੇ ਵੀਰ ਪੁੱਜੇ ਹੋਏ ਹੈ ਉਹਨਾਂ ਦਾ ਵੀ ਧੰਨਵਾਦ ਹੈ ਜੀਆਂ ਨੂੰ ਆਖਦੇ ਹੈ ਫੌਜੀ ਖਾਲਸਾ ਗੱਤਕਾ ਗਰੁੱਪ ਵਾਲੇ ਵੀਰਾਂ ਦਾ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਪੁੱਜੀਆਂ ਹੋਈਆਂ ਧੰਨਵਾਦ ਹੈ ਲਓ ਸਾਹਮਣੇ ਪੁਆਇੰਟ ਕੀ ਦਾ ਧੂੜ ਵਾਲਿਆ ਪੁਆਇੰਟ ਜਾਫੀ ਦਾ ਸਮਾਂ ਹੈ ਕਿ ਕੱਟ ਕਬੂਤਰ ਬਿਨ ਪਰਾ ਤੋਂ ਬਹੁਤੀ ਚਿਰ ਉੜਦੇ ਨਾ ਉਮਰ ਬਖਤ ਤੇ ਪਾਣੀ ਕਦੇ ਪਿਛਾਂ ਨੂੰ ਮੁੜਦੇ ਨਾ ਉਮਰ ਬਖਤ ਤੇ ਪਾਣੀ ਕਦੇ ਪਿਛਾਂ ਨੂੰ ਮੁੜਦੇ ਨਾ ਲਓ ਸਾਹਮਣੇ ਜਗਦੀਪ ਸਿੰਘ ਸੇਖੋ ਦੀ ਕਬੱਡੀ ਹੈ ਇਹ ਹੈ ਜਗਦੀਪ ਸਿੰਘ ਸੇਖੋ ਜਿਹਨੂੰ ਨਾਟ ਝੋੜ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਹੈ ਮੇਰੇ ਵੀਰੋ ਇਹ ਹੈ ਛਪਾਰ ਦੀ ਧਰਤੀ ਦਾ ਨਾਟ ਝੋਟ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ ਲਈ ਸੁਰਖਪੁਰੀਏ ਲਾਲੀ ਦੀ ਟੀਮ ਹੈ ਦੂਸਰੇ ਪਾਸੇ ਪੰਡਿਤ ਤੇ ਕਾਲਮਾ ਵਾਲਾ ਭਲਵਾਨ ਆਪਣੀ ਟੀਮ ਨੂੰ ਲੈ ਕੇ ਪੁੱਜੇ ਹੋਏ ਹੈ ਲਾਲੀ ਕਹਿੰਦਾ ਵੀ ਪੰਜ ਤਰੀਕ ਹੋਣੀ ਹੈ ਟਿੱਬੇ ਦੇ ਵੱਡੇ ਕੱਪ ਦੀ ਔਰ ਦੁਨੀਆਂ ਦੇ ਵੱਡੇ ਸਟਾਰ ਖੇਡਣਗੇ
कमल टिब्बे I-20 गड्डी सन्मान दे विच हरखो वाली सभे थैड़े वालों दी जाएगी। लाओ सामने इस वे 25 शकरपुर की धरती का है और दूसरे पास नौजन जीता तलवंडी चौधरिया की धरती का है। कोशिश कर रहा थे बची पॉइंट अपनी टीम से नौजन जोड़ता हुआ है। पॉइंट बची ने अपनी टीम के लिए जोड़ दिता है। अगली रेड पाने के लिए किहड़ा खिडारी गगन चूड़ चक की धरती का है। अगली रेड पाने के लिए नौजन बढ़ रहा है कि वह बैली भज तुरै है जीते मौड़ ना पंगा पा के उधर जीते मौड़ का भाण जा है। इस वे सिट के बच्चे चूड़ चकी बैली का पेंडू कबड्डी पा रहा है पर सोनी पंडाल दोनों वाले दिन पिया हुआ पंगा है। मेरे वीरों गगन ते सोनी दोनों खिलाड़ियों के दरम्यान पई हुई टक्कर लाओ सोनी सनेत वाला है जितेंद्र सिंह सोनी सनेत का दुनिया के मशहूर होया है पर सोनी का पंडाल दोनों पिंड जी ने तकड़ा जफा लाया है। राजू कोटला भड़ी वाला है राजू कोटला भड़ी वाला जिहड़ी संगत नूं राजू की खेड वधिया लगती है वह ताड़ियां जोरदार मारेगी संगत कोटला भड़ी वाला राजू। इसलिए नौजवान पार है कबड्डी चौं जाफियां दे विचों देखदा है भी हुण किहड़ा नौजवान जाफी कोशिश करेगा। साबी गड़ी वाले वीर का भी प्रबंधकों वालों विशेष तौर पर धन्यवाद किया जा रहा है जसवीर ने बड़े योगदान पाए है। लाओ सामने इस वेले फरियाद शकरपुर की धरती का है जिसमानी चुंबक के तौर पर इस नौजवान को कबड्डी के जाना जाता है। खिताब मिले इस खिडारी एन सिरे के जफ्फे लाने वाला है फरियाद शकरपुर की धरती का है। लाओ राजू सनेरा वाला बलकार सिंह जी मोहन वाल तो सोना कहना मेरे साथी ने इंग्लैंड सारे वीर भी लाइव जुड़े हुए बलकार सिंह जी मोहन वाल उन्होंने विशेष तौर पर धन्यवाद है जो कबड्डी 365.com से आनंद मार रहे इंग्लैंड तो जिन्हिया होर सत्कारयोग शख्सियत इस कबड्डी कप से पुजिया ने साहबजादा फतेह सिंह जी स्पोर्ट्स क्लब NRI वीर वालों डंसीवाल नगर वालों इलाके वालों इतने पुजन से सारी संगत का ही धन्यवाद है जी एन आख्या जाता है। लाओ सामने प्रताप पारद कोहे वाला और जाफी कहते इस वे कमाल का जफा लाने की कोशिश कर रहा है। नौजन लैवी वीर फलाइंग कैंची ने प्यार दे नाल लैवी बिल्ली की ना इस जाफी का है ये भोंडी नौजन मलपुर रड़कों का भोंडी देखो कहो जे ना रखते हैं पंजाबी। लाओ नाट झोड़ दी इस वे कबड्डी पैरी है छपार की धरती का है इहदा नाम भी जगदीप सिंह सेखो है पर कबड्डी दे विच नाट झोड़ मेरी वीरो निक नेम जिहड़े बड़े मशहूर होंदे आ खेड कबड्डी दे विच। लाओ पॉइंट नाट झोड़दा ते अगली रेड छोटा राजा पंडाल दोने वाला है पंडाल दोने की धरती का छोटा राजा कहिंदे अगली रेड पाउण दे लई वध रहा खेड मैदान दे विच पैरी है कबड्डी है कि खेडां विचों खेड कबड्डी शान पंजाबियों की ਇਹਦੇ ਵਿੱਚ ਹੀ ਬਸਦੀ ਯਾਰ ਉਹ ਜਾਨ ਪੰਜਾਬੀਆਂ ਦੀ ਵਿੱਚ ਮੈਦਾਨ ਦੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਲਓ ਸ਼ੌਕ ਹੈ ਪੰਜਾਬੀਆਂ ਦਾ ਖੇਡ ਕਬੱਡੀ ਦਾ ਮੇਰੇ ਵੀਰੋ ਔਰ ਪੁਆਇੰਟ ਛੋਟਾ ਰਾਜਾ ਪੰਡਾਲ ਦੋਨੇ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਹੈ। ਅਗਲੀ ਰੇਡ ਪਾਉਣ ਦੇ ਲਈ ਗਗਨ ਚੂੜ ਚੱਕ ਦੀ ਧਰਤੀ ਦਾ ਹੈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਗਦਰੀ ਬਾਬਿਆਂ ਦੀ ਧਰਤੀ ਹੈ ਚੂੜ ਚੱਕ ਪਿੰਡ ਬੜਾ ਮਸ਼ਹੂਰ ਹੈ ਚੂੜ ਚੱਕ ਢੋਡੀ ਕੇ ਬੜੇ ਮਸ਼ਹੂਰ ਪਿੰਡ ਨੇ ਜ਼ਿਲ੍ਹੇ ਮੋਗੇ ਦੇ। ਲਓ ਚੂੜ ਚੱਕਿਆ ਗਗਨ ਕਬੱਡੀ ਪਾ ਰਿਹਾ ਤੇ ਸਾਹਮਣੇ ਜਾਫੀ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਮੁਕਾਬਲਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਤੇ ਗਗਨ ਚੂੜ ਚੱਕ ਦੀ ਧਰਤੀ ਦਾ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਬੱਚੀ ਸ਼ਕਰਪੁਰ ਦੀ ਧਰਤੀ ਦਾ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਫਿਰ ਵੱਧ ਰਿਹਾ ਖੇਡ ਮੈਦਾਨ ਦੇ ਵਿੱਚ ਕਿ ਸਾਈਕਲ ਜਿਨ੍ਹਾਂ ਨੂੰ ਨਹੀਂ ਸੀ ਨਸੀਬ ਹੁੰਦੇ ਉਹਨਾਂ ਦੇ ਵੀ ਤੂੰ ਦਿਨ ਫੇਰੇ ਤੈਨੂੰ ਖੇਡ ਕੇ ਕਬੱਡੀਏ ਨੀ ਮੈਂ ਦਿਨ ਦੇ ਦੇਖੇ ਬੁਲਟਾਂ ਤੇ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਉਹਨਾਂ ਦੇ ਲਵਾ ਤੇ ਕੈਨੇਡਾ ਦੇ ਟੂਰ ਤੋਂ ਸਦਕੇ ਜਾਵਾਂ ਕਬੱਡੀਏ ਤੇਰੇ ਕਈਆਂ ਘਰਾਂ ਦੀ ਕਰਤੀ ਗਰੀਬੀ ਦੂਰ ਤੋਂ ਸਦਕੇ ਜਾਵਾਂ ਕਬੱਡੀਏ ਤੇਰੇ ਕਈਆਂ ਘਰਾਂ ਦੀ ਕਰਤੀ ਗਰੀਬੀ ਦੂਰ ਤੋਂ ਕਬੱਡੀ ਨੇ ਬੜਾ ਕੁਝ ਦਿੱਤਾ ਇਹਨਾਂ ਖਿਡਾਰੀਆਂ ਨੂੰ ਮੇਰੇ ਵੀਰੋ ਵਿਦੇਸ਼ਾਂ ਦੀਆਂ ਸੈਰਾਂ ਹੁੰਦੀਆਂ ਨੇ ਬੁਲਟ ਮੋਟਰਸਾਈਕਲ ਗੱਡੀਆਂ ਮਾਨ ਸਨਮਾਨ ਦੇ ਵਿੱਚ ਮਿਲਦੀਆਂ ਨੇ ਔਰ ਅੱਜ ਵੀ ਕਹਿੰਦੇ ਮੋਟਰਸਾਈਕਲ ਦਿੱਤੇ ਜਾਣਗੇ ਜਿਹੜੇ ਬੈਸਟ ਆਉਣਗੇ ਉਹਨਾਂ ਦੇ ਲਈ ਮੋਟਰਸਾਈਕਲ ਦਿੱਤੇ ਜਾਣਗੇ। ਗੁੱਗੂ ਬੜੇ ਪਿੰਡ ਵਾਲਾ ਹੈ ਬੜੇ ਪਿੰਡ ਦਾ ਗੁੱਗੂ ਕੋਸ਼ਿਸ਼ ਕਰਦਾ ਪਰ ਰਾਜੂ ਸਨੇਰਾ ਵਾਲਾ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ ਲਈ
ਪੁਆਇੰਟ ਦਾ ਵਾਧਾ ਕਰ ਗਿਆ ਪ੍ਰਤਾਪ ਦਕੋਹੇ ਵਾਲਾ। ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਵਾਨ ਵੱਧ ਰਿਹਾ ਖੇਡ ਮੈਦਾਨ ਦੇ ਵਿੱਚ, ਪ੍ਰਤਾਪ ਦੀ ਕਬੱਡੀ ਪੈ ਰਹੀ ਹੈ। ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਨਮੋਹਣੇ ਆਉਂਦੇ ਜਦੋਂ ਵਿੱਚ ਮੈਦਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ, ਜੌਹਰ ਜਵਾਨਾਂ ਦੇ ਲਓ ਜੌਹਰ ਦੇਖਣ ਯੋਗ ਹੈ, ਇੱਕ ਇੱਕ ਕਬੱਡੀ ਦੇਖਣ ਯੋਗ ਹੈ, ਇੱਕ ਇੱਕ ਜਫਾ ਦੇਖਣ ਯੋਗ ਹੈ। ਲਓ ਪ੍ਰਤਾਪ ਮਨੀ ਧੂੜ ਵਾਲੇ ਨੇ ਇਸ਼ਾਰਾ ਕਰ ਦਿੱਤਾ ਵੀ ਪੁਆਇੰਟ ਰੇਡਰ ਦਾ ਹੈ, ਪੁਆਇੰਟ ਪ੍ਰਤਾਪ ਨੇ ਗੁਰਦੁਆਰਾ ਸੁਖਚੈਨਣਾ ਸਾਹਿਬ ਕਬੱਡੀ ਕਲੱਬ ਫਗਵਾੜੇ ਦੀ ਟੀਮ ਲਈ। ਮੀਰੀ ਪੀਰੀ ਦੇ ਮਾਲਕ ਸਾਹਿਬ ਕਮਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸੁਖਚੈਨਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਗੁਰੂ ਘਰ ਦੇ ਨਾਮ ਦੇ ਉੱਪਰ ਬਣੀ ਹੋਈ ਟੀਮ ਹੈ, ਇਸੇ ਸਾਲ ਹੋਣ ਦੇ ਵਿੱਚ ਆਈ ਹੈ ਔਰ ਪੰਜਾਬ ਦੇ ਵੱਡੇ ਕੱਪਾਂ ਤੇ ਧੁੰਮਾਂ ਪਾ ਰਹੀ ਹੈ। ਪਰ ਚੂੜ ਚੱਕੀ ਹੈ ਗਗਨ ਰਾਇਲ ਕਿੰਗ ਕਬੱਡੀ ਕਲੱਬ USA ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਗਿਆ ਤੇ ਅਗਲੀ ਰੇਡ ਪਾਉਣ ਦੇ ਲਈ ਛੋਟਾ ਰਾਜਾ ਪੰਡਾਲ ਦੋਨੇ ਦੀ ਧਰਤੀ ਦਾ ਵਾਧਾ ਹੋਇਆ। ਸਿੱਧਵਾਂ ਦੋਨਾਂ ਪੰਡਾਲ ਦੋਨਾਂ ਸੈਦੋਵਾਲ ਜ਼ਿਲ੍ਹੇ ਕਪੂਰਥਲੇ ਦੇ ਬੜੇ ਮਸ਼ਹੂਰ ਨਗਰ ਨੇ ਜਿਨ੍ਹਾਂ ਨੇ ਦੁਨੀਆਂ ਦੇ ਮਹਾਨ ਖਿਡਾਰੀਆਂ ਨੂੰ ਜਨਮ ਦਿੱਤਾ ਹੈ। ਲਓ ਇਸ ਲਈ ਛੋਟਾ ਰਾਜਾ ਪੰਡਾਲ ਦੋਨੇ ਵਾਲਾ ਹੈ ਕਬੱਡੀ ਪਾਉਂਦਾ ਹੋਇਆ। ਇੱਕ ਕੰਨੀ ਤੇ ਭੋਂਡੀ ਹੈ ਨਾਲ ਬਿੱਲੀ ਹੈ ਮੇਰੇ ਵੀਰੋ, ਦੇਖੋ ਕਿਹੋ ਜਿਹੇ ਨਾਂ ਨੇ, ਭੋਂਡੀ ਤੇ ਬਿੱਲੀ ਔਰ ਨਾਲ ਤਾਰੀ ਹੈ ਖੀਰਾਂ ਵਾਲੀ ਹੈ। ਲਓ ਸਾਹਮਣੇ ਇਹਦਾ ਨਾਂ ਅਮਨਦੀਪ ਸਿੰਘ ਹੈ, ਪਰ ਇਹਨੂੰ ਪਿਆਰ ਦੇ ਨਾਲ ਨਿੱਕੇ ਹੁੰਦੇ ਜਦੋਂ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਹੈ ਤੇ ਪੁੱਠਾਂ ਦੀ ਹੱਲ ਪੈ ਜਾਂਦੀ ਹੈ, ਇਹਨੂੰ ਬਿੱਲੀ ਆਖਿਆ। ਪਰ ਅੱਜ ਦੇ ਟਾਈਮ ਦੇ ਵਿੱਚ ਇਹ ਕਬੱਡੀ ਦੇ ਮੈਦਾਨਾਂ ਦਾ ਸ਼ੇਰ ਹੈ ਗੱਭਰੂ, ਲੱਲੀਆਂ ਵਾਲਾ ਬਿੱਲੀ ਜਿਹੜਾ ਠੋਕ ਠੋਕ ਜੱਫੇ ਲਾਉਂਦਾ ਹੈ। ਪਰ ਨਾੜ ਝੋਟ ਇਸ ਵੇਲੇ ਕਬੱਡੀ ਪਾ ਰਿਹਾ, ਨਾੜ ਝੋੜ ਦੀ ਕਬੱਡੀ ਬੜੀ ਜਾਨ ਹੈ, ਜੱਟ ਗੜੀ ਤਰਖਾਣਾ ਵਾਲਾ। ਪਰ ਪੁਆਇੰਟ ਰੇਡਰ ਦਾ ਇੱਕ ਇੱਕ ਕਬੱਡੀ ਬਾਕੀ ਹੈ, ਮੈਚ ਸਮਾਪਤ ਹੈ ਔਰ ਗੁਰਦੁਆਰਾ ਸੁਖਚੈਨਣਾ ਸਾਹਿਬ ਕਬੱਡੀ ਕਲੱਬ ਫਗਵਾੜੇ ਦੇ ਪੁਆਇੰਟ ਰਹੇ ਨੇ 23, ਰਾਇਲ ਕਿੰਗ ਕਬੱਡੀ ਕਲੱਬ USA ਦੇ ਨੰਬਰ ਰਹੇ ਨੇ 40.5, ਰਾਇਲ ਕਿੰਗ ਕਬੱਡੀ ਕਲੱਬ ਸੇ